ਇੱਕ ਨੂੰ ਸੱਸ ਦੇ ਵੱਲੋਂ ਰੋ ਰੋ ਕੇ ਪੁਲਿਸ ਮੁਲਾਜ਼ਮਾਂ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਪੁਲਿਸ ਵਾਲੇ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰ ਰਹੇ ਨੇ। ਦਰਅਸਲ ਬੀਤੇ ਦਿਨੀ ਅੰਮ੍ਰਿਤਸਰ ਦੇ ਰਾਜਾ ਸਾਂਸੀ ਚ ਇੱਕ ਔਰਤ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਜਿਸ ਔਰਤ ਦਾ ਕਤਲ ਕੀਤਾ ਗਿਆ ਸੀ ਉਹ ਇਹਨਾਂ ਦੀ ਗਵਾਂਢਣ ਸੀ। ਜਿਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਵੱਖ ਵੱਖ ਸ਼ੱਕੀ ਵਿਅਕਤੀਆਂ ਨੂੰ ਬੁਲਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸਦੇ ਚੱਲਦੇ ਹੀ ਪਿਛਲੇ ਦਿਨੀ ਪੁਲਿਸ ਵੱਲੋਂ ਇੱਕ ਘਰ ਦੇ ਵਿੱਚ ਰੇਡ ਮਾਰ ਕੇ ਇੱਕ ਔਰਤ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ, ਜਿਸ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਸਨੂੰ ਵਾਪਸ ਵੀ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਉਸ ਔਰਤ ਵੱਲੋਂ ਮੀਡੀਆ ਨੂੰ ਬੁਲਾ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਪੁਲਿਸ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰ ਰਹੀ ਹੈ ਅਤੇ ਉਹਨਾਂ ਨੇ ਇਨਸਾਫ ਦੀ ਹੁਣ ਮੰਗ ਕੀਤੀ ਹੈ ਅਤੇ ਰੋਂਦੇ ਰੋਂਦੇ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਸਦੇ ਪਤੀ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਦੇ ਚੱਲਦੇ ਪੁਲਿਸ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਤੇ ਉਸਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਕਤਲ ਮਾਮਲੇ 'ਚ ਕੋਈ ਵੀ ਸੰਬੰਧ ਨਹੀਂ ਹੈ ਤੇ ਹੁਣ ਪੁਲਿਸ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੇ ਤੇ ਅਸਲ ਕਾਤਲਾਂ ਦੇ ਖਿਲਾਫ ਹੀ ਕਾਰਵਾਈ ਕਰੇ। ਮੇਰਾ ਨਾਮ ਪ੍ਰੀਤੀ, ਮੈਂ ਹੈਪੀ ਦੀ ਵਾਈਫ ਹਾਂ। ਜਿਹੜਾ ਕਿ ਉਹਦੇ ਉੱਤੇ ਜਲਾਮ ਲੱਗ ਰਿਹਾ ਹੈ ਕਤਲ ਦਾ, ਜੋ ਵੀ ਰਜਿੰਦਰ ਮੈਡਮ ਦਾ ਹੋਇਆ ਵਾ, ਅਤੇ ਇਹਦੇ ਵਿੱਚ ਬੇਨਜ਼ਾਇਜ਼ ਹੀ ਮੇਰੇ ਹਸਬੈਂਡ ਦਾ ਨਾਮ ਲੱਗ ਰਿਹਾ ਹੈ। ਜੋ ਪਹਿਲਾਂ ਲੜਾਈਆਂ ਹੋਈਆਂ ਉਹਦੇ ਵਿੱਚ ਵੀ ਨਹੀਂ ਸੀ ਮੇਰਾ ਹਸਬੈਂਡ, ਮੈਂ ਉਹਨਾਂ ਨੂੰ ਲੈ ਕੇ ਆਪਣੇ ਭੈਣ ਕੋਲ ਗਈ ਸੀ ਬਰਥਡੇ 'ਤੇ। ਹੁਣ ਵੀ ਜਿਹੜੀ ਲੜਾਈ ਹੋਈ ਆ ਉਹਦੇ ਵਿੱਚ ਵੀ ਮੇਰੇ ਹਸਬੈਂਡ ਨੇ ਹੀ ਬੇਨਜ਼ਾਇਜ਼ ਉਹਦਾ ਨਾਮ ਲੱਗ ਰਿਹਾ ਹੈ। ਮੈਂ ਬਹੁਤ ਜ਼ਿਆਦਾ ਪਰੇਸ਼ਾਨ। ਕੱਲ੍ਹ ਜਦੋਂ ਵੀ ਪੁਰਸ਼ ਪੜਤਾਲ ਪੁਲਿਸ ਵਾਲੇ ਕਰਦੇ ਆ ਅਤੇ ਮੇਰੇ ਹਸਬੈਂਡ ਜਾਂਦੇ ਆ, ਉਹਨਾਂ ਦੀ ਪਰਸੋਂ ਦਾੜ ਦਰਦ ਹੁੰਦੀ ਪਈ, ਨਹੀਂ ਗਏ ਅਤੇ ਬਾਅਦ ਵਿੱਚ ਪੁਲਿਸ ਵਾਲੇ ਨੇ ਸਾਡੇ ਘਰ ਵਿੱਚ 3 ਵਜੇ ਰੇਟ ਮਾਰੀ ਆ ਅਤੇ ਮੈਨੂੰ ਚੁੱਕ ਕੇ ਖੜਿਆ ਹੈ। ਕਹਿੰਦੇ ਕਿ ਹੈਪੀ ਨੂੰ ਪੇਸ਼ ਕਰੋ, ਤੁਸੀਂ ਆਪ ਫਸਣ ਡੇ ਜੋ ਇੱਦਾਂ ਝੂਠੇ ਜ਼ੁਲਮ ਲਾਉਂਦੇ ਆ। ਹਾਂਜੀ, ਕਹਿੰਦੇ ਹੈਪੀ ਨੂੰ ਪੇਸ਼ ਕਰੋ। ਕੋਈ ਗੱਲ ਨੀ ਜੀ, ਸਾਡੇ ਅਸੀਂ ਜਿਹੜੇ ਬੰਦੇ ਸਾਨੂੰ ਸ਼ੱਕ ਦੇ ਨਿਗਾਹ 'ਚ ਆਉਂਦੇ ਨੇ ਉਹਨਾਂ ਨੂੰ ਬੁਲਾ ਕੇ ਪੁੱਛਗਿੱਛ ਕਰਦੇ ਹਾਂ। ਕਹਿੰਦੇ ਕਿ ਇੱਕ ਗੱਲ ਨੂੰ ਵਾਰ ਵਾਰ ਪੁੱਛਿਆ, 7-8 ਵਜੇ ਹੈਪੀ ਨੂੰ ਬੁਲਾਇਆ ਆਉਂਦਾ ਰਿਹਾ ਵਾ, ਇਸ ਵਾਰੀ ਦਾੜ ਪੀੜ ਹੁੰਦੀ ਤਾਂ ਕਰਕੇ ਨਹੀਂ ਆ ਸਕਿਆ ਜੀ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਕਿਸੇ ਨੂੰ 7-8 ਵਾਰੀ ਨਹੀਂ, ਜਿਹੜੇ ਕਿਸੇ 'ਤੇ ਮਾੜਾ ਜਿਹਾ ਸ਼ੱਕ ਹੁੰਦਾ ਉਹਨੂੰ ਅਸੀਂ ਬੁਲਾਉਂਦੇ ਹਾਂ ਪੁੱਛਗਿੱਛ ਕਰਕੇ ਵੀ ਉਹਦੇ ਹਿਸਾਬ ਕੀ ਨੇ। ਕਹਿੰਦੇ ਆ ਵੀ ਦੂਜੀ ਧਿਰ ਨੂੰ ਨਹੀਂ ਬੁਲਾਇਆ ਜਾ ਰਿਹਾ ਜਿੱਥੇ ਪਰਚੇ ਆ, ਸਗੋਂ ਸਾਨੂੰ ਬੁਲਾਇਆ ਰਿਹਾ ਜਿਨ੍ਹਾਂ ਦੀ ਵਾਈਫ ਜਿਨ੍ਹਾਂ ਦਾ ਕਤਲ ਹੋਇਆ ਜਿਹੜੇ ਪਾਸੇ। ਨਹੀਂ, ਉਹ ਦੂਸਰੀ ਧਿਰ ਆ ਜਿਹੜੇ ਉਹਨਾਂ ਦੇ ਘਰ ਬੰਦ ਪਏ ਨੇ, ਉਹ ਸਾਰੇ ਅੱਗੇ ਪਿੱਛੇ ਹੋਏ ਆ, ਅਸੀਂ ਉਹਨਾਂ ਵਾਂਗਰ ਵੀ ਟੀਮਾਂ ਬਣਾ ਕੇ ਲਾਈਆਂ ਨੇ, ਜਦੋਂ ਵੀ ਉਹ ਰੇਂਜ 'ਚ ਆਏ ਆਪਣੇ ਉਹਨੂੰ ਅਰੈਸਟ ਕੀਤਾ ਜਾਊਗਾ।